Și cam vezi în spate.
Weiter? Ja. Schick's am besten Freund, dass das war, dann kommt immer. Ja. Foto? Machen Sie ein Foto, bitte. Foto. Pues está muy bueno en el Código México. Hace tiempo está aquí. Eu n-am cu ce am invitat cu la. Ca să ia la asta. Are de apune de mine. Ce vreau să zic? Tu ai mai tot. Am dat pentru ele, pentru că asta. Are la o lipire de chiar. Ești pe mori cu ea la asta. Eu se pornea pe hand în jurul. O costă mai dal pe foa. Stiu. Fie ce. Are o cadă de ceva la la că mi-a dat la putere. चलो कह तू पुत्र चलो शेयर कीता मुझे कहता चलो ठीक है कोई नहीं मैं भेजता कर दो शुम बार बैठे थे
ਚਲੋ ਬੈਠੋ ਚਲੋ ਬੈ ਬੈ ਹਾਂ ਮੰਗੀ ਉਹ ਕਹਿੰਦਾ ਦੁਬਾਰਾ ਲਿੰਕ ਭੇਜੋ ਰਾਤ ਵਾਲੀ ਚੱਲਦਾ ਹੋਣਾ ਨਹੀਂ ਚੱਲਣ ਡਿਆ ਕਹਿੰਦਾ ਦੁਬਾਰਾ ਲਿੰਕ ਭੇਜੋ ਰਾਤ ਵਾਲੀ ਵੀਡੀਓ ਚੱਲਦੀ ਹੋਣਾ ਨਹੀਂ ਚੱਲਦੀ ਮੈਂ ਭੇਜਿਆ ਹੁਣ ਫਿਰ ਭੇਜਦਾ This is this is Baka. Yeah. Mama, YouTube te nika. YouTube te de nu pe iar baki bi kalana. Oh, oh. Nee nee. Ani ca YouTube. Baki. Ah, hai na baki nu bi kalana. YouTube te de. Das ta. Hey mama. Huh? Ani ca YouTube te de iar. YouTube bok ma. Desa YouTube alega. Ich nehme ihn auf, normalerweise mache ich das live. Facebook kann ich live gehen, oder TikTok kann ich auch, aber YouTube geht da nicht. Chal, pay, dekhe kuni aur dekhna. Pay, deta hon, da aagya hona. Chal, ja gaya pay, kam nahi raha. Aaj chal gaya mat kar. Unde fiu pincit pe masă cu două lipsă. Și a ghiciut. O, și nu.
ein Mann ist gekommen. Nee, der hat wäre ein. Komm her. Aber der ist hinten, Lars. Siehst du? Komm her, Handy, Lars. Jetzt bleibe. Pelo să vă fac inciză. Ce știu de e? Nere. आओ जी आगे चलो आ जाओ अंदर ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੇ ਅੱਗੇ ਅਰਦਾਸ ਕੁਮਾਰੇ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਗੁਰਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿੰਦਰੇ ਘਰ ਨਾਉਣ ਦੀ ਆਵੇ ਸਾਹਿਬ ਸਭ ਥਾਈਓ ਆਈ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਓ ਆਈ ਸਹਾਏ ਦਸਾਂ ਪਾਤਸ਼ਾਹੀਆਂ ਦੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਦਤਾਰ ਪਿਤਾ ਜੀ ਹਮ ਘਰ ਸਾਜਣੇ ਆਏ ਸਾਚੇ ਮੇਲ ਮਿਲਾਏ ਦੇ ਮਹਾਂਵਾਕਾਂ ਦੇ ਅਨੁਸਾਰ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਦੁਆਰਾ ਅੱਜ ਬੇਟਾ ਪਲਵਿੰਦਰ ਸਿੰਘ ਅਤੇ ਬੇਟੀ ਅਸ਼ਵਿੰਦਰ ਕੌਰ ਦਤਾਰ ਪਿਤਾ ਜੀ ਤਿੰਨਾਂ ਦੇ ਆਨੰਦ ਕਾਰਜ ਤੋਂ ਪਹਿਲਾਂ
ਦੋਵੇਂ ਪਰਿਵਾਰ ਆਪਸ ਦੇ ਵਿੱਚ ਇਕੱਤਰ ਹੋਏ ਹਨ। ਦਤਾਰ ਪਿਤਾ ਜੀ ਇਸ ਵੇਲੇ ਮਿਲਣੀ ਦੀ ਰਸਮ ਹੋਣ ਜਾ ਰਹੀ ਹੈ। ਆਪ ਜੀ ਨੇ ਦੋਵਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਧਰਨਾ। ਹਰ ਮੈਦਾਨ ਫਤਿਹ ਬਖਸ਼ਣੀ ਕੀਤਾ, ਲੋੜੀਏ ਕੰਮ ਸੋ ਹਰ ਪੇ ਆਖੀਏ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਦੇ ਮਹਾਂਵਾਕਾਂ ਦੇ ਅਨੁਸਾਰ ਕਾਰਜ ਆਪਣਾ ਮਿਹਰ ਭਰਿਆ ਹੱਥ ਦੇ ਕੇ ਦਤਾਰ ਪਿਤਾ ਜੀ ਸੰਪੂਰ ਕਰਨੇ। ਹਰ ਮੈਦਾਨ ਫਤਿਹ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕਮੂ ਆਪ, ਫਿਰ ਵਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਤੇਰਾ ਨਾਮ ਕਿਤੇ ਆਵੇ, ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you.
Men så står det. Ja. Så helt så det du ikke. Det skal komme på nytt igjen. De tre meter som skal i vide den milliard. Jo, det er familie, men det er det. Я отмочу. О, мой фигурный.
ਜਾਂ ਜਮੀਆਂ ਦੀ ਹੋਵੇ ਅੱਜ ਦੇ ਮੁਕਰ ਸਾਜਨ ਆਏ I'm going to go to the hospital.
ਸ੍ਰੀ ਪਾਵਨ ਗੋਦ ਵਿੱਚ ਜੁੜ ਬੈਠੇ ਪਿਆਰੇ ਸਵਾਰੀ ਸਤਸੰਗ ਜੀ ਨੂੰ ਹੁਣ ਆਪਾਂ ਜੋ ਅਨੰਤ ਕਾਰਜ ਦੀ ਰਸਮ ਹੈ ਉਸਦੀ ਆਰੰਭਤਾ ਕਰਨ ਵਾਸਤੇ ਜਾ ਰਹੇ ਹਾਂ। ਆਓ ਇੱਕ ਵਾਰ ਸਾਰੇ ਫਤਿਹ ਜੀ ਸਾਂਝ ਕਰੋ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਲੜਕੇ ਵਾਲੇ ਪਰਿਵਾਰ ਨੂੰ ਬੇਨਤੀ ਹੈ ਕਿ ਪਰਿਵਾਰ ਦੇ ਵੱਲੋਂ ਜੋ ਬੇਟੇ ਦੀ ਕਲਗੀ ਲੱਗੀ ਹੈ ਉਹ ਕਲਗੀ ਤੁਸੀਂ ਜੋ ਹੈ ਉਹ ਵਧਾ ਦਿਓ ਅਤੇ ਪਰਵਿੰਦਰ ਸਿੰਘ ਹੋਣਾ ਨੂੰ ਜਿਹੜਾ ਗੁਰੂ ਸਾਹਿਬ ਜੀ ਦੇ ਅੱਗੇ ਬਿਠਾਓ ਅਤੇ ਲੜਕੀ ਵਾਲੀ ਪਰਿਵਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਜੋ ਬੇਟੀ ਨੂੰ ਜਿਹੜਾ ਹੈ ਗੁਰੂ ਸਾਹਿਬ ਦੀ ਅਰੂਜੀ ਦੇ ਵਿੱਚ ਲੈ ਕੇ ਆਉਣ ਦੀ ਕਿਰਪਾਲਤਾ ਕਰਨ। ਜੋ ਕਲਗੀ ਜਿਹੜੀ ਹੈ ਉਹ ਤੁਸੀਂ ਉਸੇ ਲਾਗੇ 'ਤੇ ਪਾ ਦਿਓ ਤੁਸੀਂ ਜੋ ਭੈਣ ਜੀ ਹਨ ਉਹਨਾਂ ਦੀ ਭੈਣ ਦੀ ਝੋਲੀ ਪਾ ਦਿਓ ਭੈਣ ਦੀ ਝੋਲੀ ਪਾ ਦਿਓ ਹਮ ਘਰ ਸਾਜਣ ਆਏ ਘਰ ਸਾਜਣ ਆਏ ਹਮ ਘਰ ਸਾਜਣ ਆਏ Thank you.
ਬੇਨਤੀ ਹੈ ਕਿ ਜੋ ਗੁਰੂ ਮਰਿਆਦਾ ਨੂੰ ਭੇਜਿਆ ਪਾਕਿਸਤਾਨ ਨੂੰ ਭੇਜਵਾ ਜਾਵੇ ਫਰਕਾਰੀ ਜਿਹੜੀ ਹੈ ਬਾਹਰ ਤੱਕ ਜੀ ਇੱਥੇ ਇਕੱਲਾ ਉਦੋਂ ਹੀ ਆਪਾਂ ਆਉਣਾ ਗੁਰੂ ਸਾਹਿਬ ਜੀ ਨੂੰ ਜਿੰਨੇ ਮੱਥਾ ਦੱਸਿਆ ਸਰਕਾਰੀ ਵਿਸ਼ੇਸ਼ਤਾ ਦੇ ਗੁਰੂ ਸਾਹਿਬ ਜੀ ਇੱਥੇ ਚੰਦੋਆ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਹੜਾ ਵਾ ਲੱਗ ਸਕਦਾ ਹੋਰ ਕਿਸੇ ਉੱਤੇ ਨਹੀਂ ਪੰਜ ਸ਼ਬਦ ਤੂਨੇ ਅਨਹਦ ਵਾਜੇ ਅੰਤਰ ਸਜਣਿਆਏ ਬਾਕੀ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਬੈਠਣ ਦੀ ਕਿਰਪਾਲਤਾ ਕਰੋ ਸਾਰੇ ਬੇਟਾ ਪਰਵਿੰਦਰ ਸਿੰਘ ਸਪੁੱਤਰ ਸਰਦਾਰ ਬਹਾਦਰ ਸਿੰਘ ਮਾਤਾ ਮਨਜੀਤ ਕੌਰ ਬੇਟੀ ਅਸ਼ਵਿੰਦਰ ਕੌਰ ਸਪੁੱਤਰੀ ਭਾਈ ਗੁਰਮੀਤ ਸਿੰਘ ਬੀਬੀ ਸੁਖਵੀਰ ਕੌਰ ਤਿੰਨਾਂ ਦਾ ਆਨੰਦ ਕਾਰਜ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਅੱਜ ਹੋਣ ਜਾ ਰਿਹਾ ਹੈ। ਜਿੰਨੇ ਵੀ ਤੁਸੀਂ ਅੱਜ ਤੋਂ ਪਹਿਲਾਂ ਕੰਮ ਕੀਤੇ ਹਨ ਅਰਦਾਸ ਬੇਨਤੀ ਕਰਕੇ ਚਾਹੇ ਜਦੋਂ ਅਸੀਂ ਆਨੰਦ ਕਾਰਜ ਦੇ ਆਪਾਂ ਕੰਮਾਂ ਦੀ ਆਰੰਭਤਾ ਕਰਦੇ ਹਾਂ ਜਿਹਦੇ ਵਾਸਤੇ ਕੋਈ ਪੈਲਸ ਬੁੱਕ ਕਰਦੇ ਹਾਂ ਜੋ ਵੀ ਕਰਦੇ ਹਾਂ ਸਭ ਤੋਂ ਮੇਨ ਕੰਮ ਜਿਹੜਾ ਹੈ ਇਹ ਹੈ ਅੱਜ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜੋ ਕੰਮ ਜਿਹੜਾ ਹੈ ਹੋਣ ਜਾ ਰਿਹਾ ਹੈ ਸਭ ਤੋਂ ਮੇਨ ਕਾਰਜ ਜਿਹੜਾ ਹੈ ਇਹ ਹੈ ਜਿਹਨੂੰ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਕਹਿੰਦੇ ਹਨ। ਇਹ ਜਿਹੜਾ ਹੈ ਅਲੱਗ ਅਲੱਗ ਧਰਮਾਂ ਦੇ ਤਰੀਕੇ ਨਾਲ ਇਸਲਾਮ ਦੇ ਵਿੱਚ ਇਸ ਨੂੰ ਨਿਕਾਹ ਕਿਹਾ ਜਾਂਦਾ ਹੈ। ਇਸੇ ਤਰੀਕੇ ਨਾਲ ਕ੍ਰਿਸਚਨ ਦੇ ਵਿੱਚ ਜਿਹੜਾ ਹੈ ਉੱਥੇ ਕੋਰਟ ਮੈਰਿਜ ਕੀਤੀ ਜਾਂਦੀ ਹੈ। ਹਿੰਦੂ ਧਰਮ ਦੇ ਵਿੱਚ ਆਦਮੀ ਦੇ ਦੁਆਰੇ ਜਿਹੜਾ ਹੈ ਸੱਤ ਫੇਰੇ ਜਿਹੜੇ ਉੱਥੇ ਕਰਵਾਏ ਜਾਂਦੇ ਹਨ ਪਰ ਸਿੱਖ ਧਰਮ ਦੇ ਵਿੱਚ ਇਸ ਨੂੰ ਜਿਹੜਾ ਹੈ ਆਨੰਦ ਕਾਰਜ ਜਿਹੜਾ ਕਿਹਾ ਗਿਆ ਹੈ ਜਿੱਥੇ ਬੇਟਾ ਅਤੇ ਬੇਟੀ ਜਿਹੜੇ ਹਨ ਉਹਨਾਂ ਨੂੰ ਆਪਣੇ ਗ੍ਰਹਿਸਥ ਦੇ ਗ੍ਰਹਿਸਥ ਤੋਂ ਭਾਵ ਹੈ ਗ੍ਰਹਿ ਸੱਤ ਸੱਤ ਭਾਵ ਕੇ ਸੱਚਾ ਗ੍ਰਹਿ ਘਰ ਇਹ ਦੋਵੇਂ ਬੇਟਾ ਅਤੇ ਬੇਟੀ ਪਰਵਿੰਦਰ ਸਿੰਘ ਅਤੇ ਅਸ਼ਵਿੰਦਰ ਕੌਰ ਬੇਟੀ ਜੋ ਹੈ ਅੱਜ ਤੋਂ ਜਿਹੜਾ ਹੈ ਇਹ ਆਪਣੇ ਗ੍ਰਹਿਸਥ ਧਰਮ ਦੀ ਜਿਹੜੀ ਪਰੰਪਰਾ ਕਰਨ ਵਾਸਤੇ ਜਾ ਰਹੇ ਹੈ। ਵੇਖੋ ਤੁਸੀਂ ਕਾਰਡਾਂ ਦੇ ਉੱਤੇ ਲਿਖਿਆ ਬੇਟਾ ਬੇਟੀ ਬੱਚਾ ਬੱਚੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਪਰ ਅੱਜ ਜੋ ਇੱਥੋਂ ਮੇਨ ਨਾਮ ਗੁਰੂ ਸਾਹਿਬ ਜੀ ਦੇ ਕੋਲੋਂ ਇਹਨਾਂ ਦੋਵਾਂ ਨੂੰ ਮਿਲਣਾ ਹੈ ਨਾ ਜੋ ਮੇਨ ਨਾਮ ਮਿਲਣਾ ਹੈ ਬੱਚੇ ਨੂੰ ਕਿਸੇ ਨੇ ਭਤੀਜਾ ਕਿਹਾ ਕਿਸੇ ਨੇ ਭਣੇਵਾ ਕਿਹਾ ਕਿਸੇ ਨੇ ਭਾਣਜਾ ਕਿਹਾ ਪਰ ਗੁਰੂ ਸਾਹਿਬ ਜੀ ਨੇ ਅੱਜ ਜੋ ਹੁਣ ਕੰਮ ਹੋਣ ਜਾ ਰਿਹਾ ਹੈ ਚੋਣ ਲਾਵਾਂ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਅੱਜ ਤੋਂ ਬਾਅਦ ਪਰਵਿੰਦਰ ਸਿੰਘ ਨੂੰ ਕੰਕ ਦਾ ਨਾਮ ਦੇਣਾ ਹੈ। ਕੰਕ ਕੰਕ ਦਾ ਮਤਲਬ ਹੈ ਖਸਮ ਪਤੀ ਅਤੇ ਬੇਟੀ ਅਸ਼ਵਿੰਦਰ ਕੌਰ ਨੂੰ ਗੁਰੂ ਸਾਹਿਬ ਜੀ ਦਰ ਤੋਂ ਸੁਹਾਗਣ ਦਾ ਜਿਹੜਾ ਨਾਮ ਜਿਹੜਾ ਹੈ ਮਿਲਣਾ ਹੈ। ਸੁਹਾਗਣ ਅਤੇ ਕੰਕ ਇਹਨਾਂ ਦੋਵਾਂ ਦਾ ਇੱਕ ਆਪਸੀ ਜਿਹੜਾ ਹੈ ਮਿਲਾਪ ਹੈ ਇੱਕ ਆਪਸੀ ਜਿਹੜਾ ਹੈ ਰਿਸ਼ਤਾ ਹੈ। ਇਹ ਜਿਹੜੀਆਂ ਚੀਜ਼ਾਂ ਨਾ ਕਿਉਂਕਿ ਇਹ ਆਪਾਂ ਜੇਕਰ ਦੇਖੀਏ ਤਾਂ ਆਰੰਭਤਾ ਜਿਹੜੀ ਹੈ ਪਹਿਲੋਂ ਜਿਵੇਂ ਕਿ ਭਾਈ ਕੁਲਦੀਪ ਸਿੰਘ ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਹੋਇਆ ਹੈ ਅਤੇ ਇਹ ਜੋ ਅੱਜ ਨਿਊਨ ਕਿਰਚਨ ਦੇ ਵਿੱਚ ਪਹਿਲਾਂ ਜਿਹੜਾ ਇਹ ਕਾਰਜ ਦੀ ਆਰੰਭਤਾ ਹੈ ਅਤੇ ਹੌਲੀ ਹੌਲੀ ਅਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚੇ ਬੱਚੀਆਂ ਦੇ ਇੱਥੇ ਜਿਹੜੇ ਆਨੰਦ ਕਾਰਜ ਹੋਏ ਹਨ ਜੋ ਆਪਾਂ ਕਰਨਾ ਹੈ ਇਹਨਾਂ ਨੂੰ ਲਾਵਾਂ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਵਾਂ ਸ਼ਬਦ ਕੇਵਲ ਕਿਸੇ ਗੁਰੂ ਰਾਮਦਾਸ ਮਹਾਰਾਜ ਨੇ ਜਿਹੜਾ ਵਰਤਿਆ ਹੈ ਸੂਹੀ ਰਾਗ ਦੇ ਵਿੱਚ। ਲਾਵਾਂ ਕੀ ਹਨ? ਲਾਵਾਂ ਅਸੀਂ ਪਰਿਕਰਮਾ ਕਰਦੇ ਹਾਂ। ਪਰਿਕਰਮਾ ਦਾ ਮਤਲਬ ਕੀ ਹੈ? ਜਿਵੇਂ ਦੇਖੋ ਤੁਸੀਂ ਸੂਰਜ ਹੈ ਧਰਤੀ ਹੈ ਧਰਤੀ ਸੂਰਜ ਜਿਹੜਾ ਹੈ ਉਹਦੇ ਦੁਆਲੇ ਜਿਹੜੀ ਹੈ ਘੁੰਮਦੀ ਹੈ। ਇਸੇ ਤਰੀਕੇ ਨਾਲ ਚੰਦਰਮਾ ਜਿਹੜਾ ਹੈ ਉਹਦੇ ਦੁਆਲੇ ਅਗਾਂਹ ਘੁੰਮਦਾ ਹੈ ਅਤੇ ਜਿਹੜਾ ਸਮੁੰਦਰ ਹੈ ਉਹਦੀ ਖਿੱਚ ਜਿਹੜੀ ਹੈ ਚੰਦਰਮਾ ਨੂੰ ਪੈਂਦੀ ਹੈ। ਸਾਡੇ ਖੂਨ ਅੰਦਰ ਜਿਹੜਾ ਹੈ ਖੂਨ ਹੈ ਬਲੱਡ ਜੋ ਹੈ ਇਹ ਵੀ ਘੁੰਮਦਾ ਹੈ ਇਹ ਵੀ ਸਰੀਰ ਦੀ ਪਰਿਕਰਮਾ ਕਰਦਾ ਹੈ।
ਪਰਕਰਮਾ ਕਰਨ ਤੋਂ ਭਾਵ ਹੈ ਲਾਵਾਂ ਤੋਂ ਭਾਵ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ ਅਤੇ ਗੁਰੂ ਸਾਹਿਬ ਦਾ ਹਰੇਕ ਹੁਕਮ ਜਿਹੜਾ ਹੈ ਮੰਨਣ ਵਾਸਤੇ ਤਿਆਰ ਹਾਂ। ਲਾਵਾਂ ਆਮ ਤੌਰ 'ਤੇ ਲਾਮ ਲਫ਼ਜ਼ ਜਿਹੜਾ ਹੈ ਨਾ ਲਾਮ ਅਸੀਂ ਕੱਪੜੇ ਸੁੱਕਣੇ ਪਾਉਂਦੇ ਹਾਂ ਘਰ ਦੇ ਵਿੱਚ, ਲਾਂ ਜਿਹੜੀ ਹੈ ਰੱਸੀ ਬੰਨ੍ਹੀ ਜਾਂਦੀ ਹੈ ਉਹਨੂੰ ਦੋਵਾਂ ਕਿਨਾਰਿਆਂ ਤੋਂ ਜਿਹੜਾ ਹੈ ਬੰਨਿਆ ਜਾਂਦਾ ਹੈ ਅਤੇ ਜੇਕਰ ਇੱਕ ਪਾਸਿਓਂ ਉਹ ਲਾਮ ਜਿਹੜੀ ਹੈ ਲੱਥ ਜਾਵੇ ਅਤੇ ਉਹ ਕੱਪੜੇ ਜਿਹੜੇ ਹਨ ਉਹ ਥੱਲੇ ਡਿੱਗ ਪੈਂਦੇ ਹਨ, ਦੋਵਾਂ ਪਾਸਿਆਂ ਤੋਂ ਬੱਝੀ ਰਹੇ ਤਾਂ ਕੱਪੜੇ ਜਿਹੜੇ ਸੁੱਕ ਜਾਂਦੇ ਹਨ, ਕੱਪੜੇ ਉਧਰ 'ਤੇ ਪੈਂਦੇ ਹਨ। ਇਸੇ ਤਰੀਕੇ ਨਾਲ ਲਾਵਾਂ ਇਹ ਜੋ ਆਨੰਦ ਕਾਰਜ ਹੈ ਗੁਰੂ ਸਾਹਿਬ ਜੀ ਨੇ ਅੱਜ ਇਹਨਾਂ ਦੋਵੇਂ ਬੱਚੇ ਅਤੇ ਬੱਚੀ ਨੂੰ ਇਹ ਜਿਹੜੀ ਚੀਜ਼ ਜਿਹੜੀ ਦੇ ਦਿੱਤੀ ਹੈ ਕਿ ਤੁਸੀਂ ਅੱਜ ਤੋਂ ਤੁਹਾਡਾ ਇੱਕ ਰਿਸ਼ਤਾ ਜਿਹੜਾ ਹੈ ਬੱਝ ਗਿਆ ਹੈ। ਜਦੋਂ ਲਾਵਾਂ ਹੁੰਦੀਆਂ ਹਨ ਉਸ ਤੋਂ ਬਾਅਦ ਵੇਖੋ ਅੱਗਿਓਂ ਪਿੱਛੋਂ ਕੋਈ ਵੀ ਸਮਾਗਮ ਹੋਵੇ ਉਹਦੇ ਵਿੱਚ ਇੱਕ ਹੁਕਮਨਾਮਾ ਹੁੰਦਾ ਹੈ, ਪਰ ਇੱਥੇ ਜਿਹੜੇ ਦੋ ਹੁਕਮਨਾਮੇ ਲਏ ਜਾਂਦੇ ਹਨ। ਇੱਕ ਕਾਰਜ ਦੀ ਤਰਫਤਾ 'ਤੇ ਅਸੀਂ ਇੱਥੇ ਹੁਣ ਛੋਟੀ ਅਰਦਾਸ ਕਰਾਂਗੇ, ਛੋਟੀ ਅਰਦਾਸ ਜਿਹਦੇ ਵਿੱਚ ਬੱਚੀ ਅਤੇ ਬੱਚੇ ਦੋਵਾਂ ਦੇ ਜਿਹੜੇ ਮਾਤਾ ਪਿਤਾ ਜਿਹੜੇ ਹਨ ਜਾਂ ਜੋ ਵੱਡੇ ਹਨ ਉਹ ਦੋਵਾਂ ਸਾਈਡਾਂ ਤੋਂ ਖਲੋਣਗੇ। ਇੱਥੇ ਅਸੀਂ ਇੱਕ ਗੁਰੂ ਸਾਹਿਬ ਜੀ ਦੇ ਅੱਗੇ ਪ੍ਰਣ ਲੈਂਦੇ ਹਾਂ, ਬੱਚੀ ਦੇ ਮਾਂ ਪਿਓ ਅਤੇ ਬੱਚੇ ਦੇ ਮਾਂ ਪਿਓ, ਕਿ ਸਤਿਗੁਰੂ ਜੀ ਤੁਹਾਡੀ ਆਗਿਆ ਦੇ ਨਾਲ ਅਸੀਂ ਇਸ ਕਾਰਜ ਦੀ ਆਰੰਭਤਾ ਕਰਨ ਵਾਸਤੇ ਜਾ ਰਹੇ ਹਾਂ। ਇੱਥੇ ਬੇਟਾ ਬਲਵਿੰਦਰ ਸਿੰਘ ਅਤੇ ਬੇਟੀ ਜਿਹੜੀ ਹੈ ਉਹ ਦੋਵੇਂ ਆਪਸ ਦੇ ਵਿੱਚ ਪ੍ਰਣ ਲੈਂਦੇ ਹਨ ਕਿ ਅਸੀਂ ਇਸ ਰਿਸ਼ਤੇ ਨੂੰ ਜਿਸ ਨੂੰ ਅੱਜ ਅਸੀਂ ਸ਼ੁਰੂ ਕਰਨ ਲੱਗੇ ਹਾਂ ਇਸ ਰਿਸ਼ਤੇ ਨੂੰ ਜਿਹੜਾ ਹੈ ਅਖੀਰ ਤੱਕ ਅਸੀਂ ਨਿਭਾਵਾਂਗੇ ਅਤੇ ਮਾਂ ਪਿਓ ਜਿਹੜੇ ਹਨ ਜਿਹੜੇ ਪੇਰੈਂਟਸ ਹਨ ਉਹ ਵੀ ਆਪਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਅੱਗੇ ਇੱਕ ਪ੍ਰਣ ਕਰਦੇ ਹਨ ਕਿ ਜਿਸ ਰਿਸ਼ਤੇ ਦੀ ਅਸੀਂ ਆਰੰਭਤਾ ਕਰਨ ਲੱਗੇ ਹਾਂ ਅੱਜ ਇਸ ਨੂੰ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਪੂਰਾ ਜਿਹੜਾ ਹੈ ਨਿਭਾਵਾਂਗੇ। ਵੇਖੋ ਬੱਚੀ ਨੂੰ ਜਦੋਂ ਬੱਚੇ ਦੇ ਮਾਂ ਪਿਓ ਹਨ ਨਾ ਬੱਚੀ ਦੇ ਉਹ ਸਾਰੇ ਸੰਸਾਰ ਦੇ ਵਿੱਚੋਂ ਜਿਹੜੇ ਹਨ ਉਹਨਾਂ ਨੇ ਟੋਲ ਕੇ ਜਿਹੜਾ ਹੈ ਆਪਣੀ ਬੇਟੀ ਦੇ ਵਾਸਤੇ ਜਿਹੜਾ ਹੈ ਉਹਨਾਂ ਨੇ ਵਰ ਜਿਹੜਾ ਲੱਭਿਆ ਹੈ ਬਲਵਿੰਦਰ ਸਿੰਘ, ਜਿਵੇਂ ਅਸੀਂ ਬਾਗ ਦੇ ਵਿੱਚ ਜਾਈਏ ਅਤੇ ਬਾਗ ਦੇ ਵਿੱਚ ਜਾ ਕੇ ਅਸੀਂ ਕਹੀਏ ਕਿ ਅਸੀਂ ਸੋਹਣਾ ਜਿਹਾ ਇੱਕ ਫੁੱਲ ਜਿਹੜਾ ਲੈਣਾ ਹੈ ਅਤੇ ਉਹ ਜਿਹੜਾ ਵਿੱਚ ਬੰਦਾ ਜਾਂਦਾ ਹੈ ਨਾ ਉਹ ਫਿਰ ਉਸ ਬਾਗ ਦੇ ਵਿੱਚ ਜਾ ਕੇ ਇੱਕ ਫੁੱਲ ਜਿਹੜਾ ਹੈ ਉੱਥੋਂ ਲੈ ਆਉਂਦਾ। ਹੁਣ ਹੋ ਸਕਦਾ ਹੈ ਉਸ ਬਾਗ ਦੇ ਵਿੱਚ ਹੋਰ ਵੀ ਫੁੱਲ ਹੋਣ, ਸੰਸਾਰ ਦੇ ਵਿੱਚ ਹੋਰ ਵੀ ਫੁੱਲ ਹੋਣ, ਚੰਗੇ ਫੁੱਲ ਹੋਰ ਵੀ ਸੋਹਣੇ ਫੁੱਲ ਹੋਣ, ਪਰ ਮਾਂ ਪਿਓ ਨੂੰ ਜਿਹੜਾ ਹੈ ਉਸ ਬਾਗ ਦੇ ਮਾਲੀ ਨੂੰ ਸਭ ਤੋਂ ਸੋਹਣਾ ਫੁੱਲ ਉਹ ਜਿਹੜਾ ਲੱਗਾ ਜਿਹੜਾ ਉਸਨਾਂ ਨੇ ਲਾ ਕੇ ਜਿਹੜਾ ਗੁਲਦਸਤੇ ਦੇ ਵਿੱਚ ਲਾ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਆ ਗਲਾਇਓ ਭੂਸ਼ ਪਰ ਜੋ ਪਰ ਵੇਰ ਨਾ ਜੋਹੇ ਕੰਗ ਤੂੰ, ਕਿਆ ਗਲਾਇਓ ਭੂਸ਼ ਪਰ ਵੇਰ ਨਾ ਜੋਹੇ ਕੰਗ ਤੂੰ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਬ ਸੰਸਾਰ ਜੀ। ਅੱਜ ਜਿਹੜਾ ਹੈ ਇਹ ਬਲਵਿੰਦਰ ਸਿੰਘ ਦੇ ਲੜ ਜਿਹੜਾ ਹੈ ਬੱਚੀ ਅਸ਼ਵਿੰਦਰ ਕੌਰ ਨੂੰ ਜਿਹੜਾ ਲਾ ਦਿੱਤਾ ਹੈ ਅਤੇ ਉਹਨਾਂ ਨੂੰ ਜਿੱਥੇ ਅੱਜ ਬੱਚੀ ਅਸ਼ਵਿੰਦਰ ਕੌਰ ਨੂੰ ਜਿਹੜਾ ਸੁਹਾਗਣ ਮਿਲਣਾ ਹੈ ਕਿ ਉਹਨੇ ਆਪਣਾ ਸੁਭਾਗ ਜਿਹੜਾ ਹੈ ਬਲਵਿੰਦਰ ਸਿੰਘ ਨੂੰ ਜਾਣਨਾ ਹੈ, ਹੋਰ ਕਿਸੇ ਪਾਸੇ ਝਾਕਣਾ ਨਹੀਂ। ਇਸੇ ਤਰੀਕੇ ਨਾਲ ਬਲਵਿੰਦਰ ਸਿੰਘ ਵਾਸਤੇ ਕੰਤ ਦੇ ਵਾਸਤੇ ਗੁਰੂ ਸਾਹਿਬ ਜੀ ਇਹ ਗੱਲ ਕਹਿੰਦੇ ਹਨ ਕਿਆ ਗਲਾਇਓ ਭੂਸ਼ ਪਰ ਵੇਰ ਨਾ ਜੋਹੇ ਕੰਤ ਜੋ, ਕੰਤ ਨਾਨਕ ਫੁੱਲਾਂ ਸੰਗੀ ਵਾੜ ਖਿੜਿਆ ਹਬ ਸੰਸਾਰ ਜੀ। ਹੋ ਸਕਦਾ ਹੈ ਤੇਰੀ ਨਿਗਾਹ ਦੇ ਵਿੱਚ ਕੋਈ ਹੋਰ ਵੀ ਸੰਸਾਰ ਦੇ ਵਿੱਚ ਫੁੱਲ ਨਜ਼ਰ ਆਉਣ, ਪਰ ਜਿਹੜਾ ਮਾਂ ਪਿਓ ਨੇ ਸਭ ਤੋਂ ਕੀਮਤੀ ਫੁੱਲ ਜਿਹੜਾ ਹੈ ਨਾ ਬੇਟੀ ਅਸ਼ਵਿੰਦਰ ਕੌਰ ਉਹ ਤੇਰੇ ਲੜ ਲਾ ਦਿੱਤਾ ਹੈ, ਤੂੰ ਅੱਜ ਤੋਂ ਬਾਅਦ ਉਸ ਫੁੱਲ ਤੋਂ ਬਿਨਾਂ ਹੋਰ ਕਿਤੇ ਜਿਹੜੀ ਨਿਗਾਹ ਨਹੀਂ ਕਰਨੀ, ਇੱਥੇ ਹੀ ਫੁੱਲ ਦੇ ਉੱਤੇ ਆਪਣੀ ਨਿਗਾਹ ਰੱਖਣੀ ਹੈ, ਇਹ ਵੀ ਤੇਰੇ ਵਾਸਤੇ ਸਭ ਕੁਝ ਹੈ ਇਹ ਗੁਰੂ ਸਾਹਿਬ ਜੀ ਕਹਿੰਦੇ ਹਨ। ਅਤੇ ਬੱਚੀ ਵਾਸਤੇ ਵੀ ਸਤਿਗੁਰੂ ਜੀ ਇਹ ਗੱਲ ਕਹਿੰਦੇ ਹਨ ਨਾਨਕ ਸੁਹਾਗਣ ਦਾ ਕਿਆ ਕਿਹਨ ਹੈ, ਸੁਹਾਗਣੀਆਂ ਜਿਹੜੀਆਂ ਹਨ ਸੁਹਾਗਵੰਤੀ ਇਸਤਰੀਆਂ ਉਹਨਾਂ ਦੀ ਨਿਸ਼ਾਨੀ ਕੀ ਹੈ, ਅਤੇ ਸਤਿਗੁਰੂ ਜੀ ਕਹਿੰਦੇ ਅੰਦਰ ਸੱਚ ਮੁੱਖ ਉਜਲਾ, ਅੰਦਰ ਸੱਚ ਹੈ ਸੱਚੀ ਗੱਲ ਕਰਨੀ ਹੈ। ਹਾਂ ਗੁਰੂ ਅਮਰਦਾਸ ਮਹਾਰਾਜ ਦੀ ਬੱਚੀ ਦਾ ਆਨੰਦ ਕਾਰਜ ਹੈ ਅਤੇ ਜਦੋਂ ਤੁਰਨ ਲੱਗੇ ਨਾ ਤਾਂ ਬੱਚੀ ਨੂੰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੁੱਤਰੀਏ ਤਿੰਨ ਭੱਬੇ ਯਾਦ ਰੱਖੀ, ਤਿੰਨ ਭੱਬੇ ਜਿਹੜੇ ਹਨ ਯਾਦ ਰੱਖੀ, ਉਹ ਭੱਬੇ ਕਿਹੜੇ ਹਨ, ਭਲਾ ਜੀ ਭੁੱਲੀ ਜੀ ਅਤੇ ਭਾਣਾ ਜੀ। ਕਿਤੇ ਮਾੜੀ ਮੋਟ ਆਪਸ ਦੇ ਵਿੱਚ ਊਚ ਨੀਚ ਹੋ ਜਾਵੇ ਭਲਾ ਜੀ ਕਹਿ ਦੇਣਾ, ਕਿਤੇ ਪਤੀ ਮਾੜੀ ਜੀ ਕਿਤੇ ਕੋਈ ਝਿੜਕ ਵੀ ਦੇ ਜਾਵੇ ਤਾਂ ਉਹਨੂੰ ਕਹਿ ਦੇਣਾ ਹੈ ਭੁੱਲੀ ਜੀ। ਹੋ ਸਕਦਾ ਹੈ ਕਿਤੇ ਸਬਜ਼ੀ ਬਣਾਉਂਦਿਆਂ ਕੋਈ ਚੀਜ਼ ਬਣਾਉਂਦਿਆਂ ਜਿਹੜਾ ਇਹ ਚੀਜ਼ ਕੋਈ ਲੂਣ ਮਿਰਚ ਵੱਧ ਘੱਟ ਪੈ ਜਾਵੇ ਉੱਥੇ ਆਪਸ ਦੇ ਵਿੱਚ ਬੈਸਣਾ ਨਹੀਂ, ਕਹਿ ਦੇਣਾ ਕਿ ਭੁੱਲੀ ਜੀ ਅਤੇ ਭਾਣਾ ਜੀ। ਇਹ ਤਿੰਨ ਚੀਜ਼ਾਂ ਜਿਹੜੀਆਂ ਹਨ ਖਿੜੇ ਮੱਥੇ ਪ੍ਰਵਾਨ ਕਰ ਲੈਣੀਆਂ। ਇਸੇ ਤਰੀਕੇ ਨਾਲ ਕੰਤ ਦੇ ਵਾਸਤੇ ਬਲਵਿੰਦਰ ਸਿੰਘ ਵਾਸਤੇ ਵੀ ਇਹ ਤਿੰਨੇ ਚੀਜ਼ਾਂ ਹਨ ਕਿ ਆਪਸ ਦੇ ਵਿੱਚ ਕਦੀ ਕੋਈ ਮਸਲਾ ਹੋ ਜਾਵੇ ਕੋਈ ਗੱਲਬਾਤ ਹੋ ਜਾਵੇ ਗੁਰੂ ਸਾਹਿਬ ਜੀ ਦੇ ਕੋਲ ਆਉਣਾ ਹੈ, ਗੁਰੂ ਸਾਹਿਬ ਦੇ ਕੋਲ ਆ ਕੇ ਬੈਠ ਕੇ ਕੰਮ ਕਰਨਾ, ਕਿਉਂਕਿ ਇਹ ਚੀਜ਼ਾਂ ਆਨੰਦ ਕਾਰਜ ਤੋਂ ਪਹਿਲੇ ਹਨ।
ਜਿਹੜੀਆਂ ਜ਼ਰੂਰੀ ਕੁਝ ਸਮਝਾਉਣੀਆਂ ਜ਼ਰੂਰੀ ਹਨ। ਇਸੇ ਤਰੀਕੇ ਨਾਲ ਸਤਿਗੁਰੂ ਜੀ ਨੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਬਖਸ਼ੀਆਂ ਹਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦਾ ਆਨੰਦ ਕਾਰਜ ਹੋਣ ਲੱਗਾ ਹੈ ਛੋਟੀ ਉਮਰ ਦੇ ਵਿੱਚ, ਅਤੇ ਉਹਨਾਂ ਦੇ ਉੱਧਰ ਪਿਤਾ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਜੀ। ਮਾਤਾ ਗੁਜਰ ਕੌਰ ਜੀ ਦੇ ਪਿਤਾ ਜੀ ਹਨ ਭਾਈ ਲਾਲ ਚੰਦ ਜੀ, ਅਤੇ ਜਦੋਂ ਡੋਲੀ ਤੁਰਨ ਲੱਗੀ ਨਾ ਅਤੇ ਭਾਈ ਲਾਲ ਚੰਦ ਜੀ ਅਸਲ ਜਿਹੜੇ ਮਾਂ ਜਿਹੜੇ ਧੀਆਂ ਵਾਲੇ ਹੁੰਦੇ ਹਨ, ਇਸ ਤਰੀਕੇ ਨਾਲ ਕਈ ਵਾਰ ਹੱਥ ਜੋੜ ਕੇ ਜਿਹੜੇ ਅੱਗੇ ਖਲੋ ਜਾਂਦੇ ਹਨ, ਜਿਹਨੂੰ ਆਪਣੀ ਧੀ ਦਾ ਪੱਲਾ ਫੜਾਉਂਦੇ ਹਨ। ਕਿਸੇ ਨੇ ਕਿਸੇ ਪਿਤਾ ਨੂੰ ਇਹ ਗੱਲ ਪੁੱਛ ਲਈ ਕਿ ਤੁਸੀਂ ਆਪ ਤਾਂ ਬੇਟੀ ਦਾ ਰਿਸ਼ਤਾ ਤੈਅ ਕੀਤਾ ਹੈ, ਪੈਲਸ ਕੀਤੇ, ਹਲਵਾਈ ਕੀਤੇ, ਸਭ ਕੁਝ ਕੀਤਾ, ਅਤੇ ਅੱਜ ਜਦੋਂ ਬੇਟੀ ਦੀ ਡੋਲੀ ਤੁਸੀਂ ਤੋੜਨ ਲੱਗੇ ਹੋ, ਤੁਹਾਡੀਆਂ ਅੱਖਾਂ ਦੇ ਵਿੱਚੋਂ ਅੱਥਰੂ ਹਨ, ਤੁਸੀਂ ਰੋ ਕਿਉਂ ਰਹੇ ਹੋ? ਉੱਥੇ ਪਿਤਾ ਦੀ ਮਾਂ ਨੇ ਇਹ ਗੱਲ ਕਹੀ ਕਿ ਇਹ ਜਿਹੜੇ ਅੱਥਰੂ ਹਨ, ਇਹ ਅੱਥਰੂ ਹਨ ਖੁਸ਼ੀ ਦੇ, ਇਹ ਉਸ ਧਨਵਾਦ ਦੇ, ਅਤੇ ਬੇਟੀ ਦੇ ਇੱਕ ਵਿਛੋੜੇ ਦੇ ਕਿ ਬੇਟੀ ਅੱਜ ਇੱਕ ਘਰ ਦੇ ਵਿੱਚੋਂ ਜਿਹੜੀ ਹੈ ਦੂਸਰੇ ਘਰ ਦੇ ਵਿੱਚ ਜਿਹੜੀ ਜਾ ਰਹੀ ਹੈ। ਬੇਟੇ ਨੇ ਜੋ ਸਤਿਕਾਰ ਆਪਣੇ ਮਾਂ ਪਿਓ ਨੂੰ ਦੇਣਾ ਹੈ, ਉਹ ਸਤਿਕਾਰ ਆਪਣੀ ਘਰਵਾਲੀ ਦੇ ਮਾਂ ਪਿਓ ਨੂੰ ਦੇਣਾ ਹੈ। ਇਸੇ ਤਰੀਕੇ ਨਾਲ ਬੇਟੀ ਨੇ ਜੋ ਆਦਰ ਸਤਿਕਾਰ ਆਪਣੇ ਮਾਂ ਪਿਓ ਦਾ ਕਰਨਾ ਹੈ, ਰਿਸ਼ਤੇਦਾਰਾਂ ਦਾ ਕਰਨਾ ਹੈ, ਉਹੀ ਆਦਰ ਸਤਿਕਾਰ ਜਿਹੜਾ ਹੈ ਆਪਣੇ ਪਤੀ ਦੇ ਮਾਂ ਪਿਓ ਰਿਸ਼ਤੇਦਾਰਾਂ ਦਾ ਜਿਹੜਾ ਹੈ ਕਰਨਾ ਹੈ। ਇਹ ਜਿਹੜੀਆਂ ਚੀਜ਼ਾਂ ਜੇਕਰ ਸਾਡੇ ਵਿੱਚ ਹੋਣਗੀਆਂ ਨਾ, ਅਤੇ ਉਹਦੇ ਨਾਲ ਜਿਹੜੀ ਜ਼ਿੰਦਗੀ ਜਿਹੜਾ ਹੈ ਸਾਡਾ ਸੰਬੰਧ ਜਿਹੜਾ ਹੈ ਸੌਖਾ ਚੱਲਦਾ ਰਹਿੰਦਾ ਹੈ। ਅਤੇ ਭਾਈ ਲਾਲ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਆਏ, ਕਿਉਂਕਿ ਬੇਟੀ ਸੀ ਨਾ ਮਾਤਾ ਗੁਜਰ ਕੌਰ ਜੀ, ਕਹਿਣ ਲੱਗੇ ਕਿ ਸਤਿਗੁਰੂ ਜੀ ਅੱਜ ਮੇਰੇ ਕੋਲ ਹੋਰ ਕੁਝ ਨਹੀਂ, ਮੇਰੇ ਕੋਲ ਜ਼ਿਆਦਾ ਧਨ ਦੌਲਤ ਨਹੀਂ, ਮੈਂ ਤੁਹਾਨੂੰ ਜ਼ਿਆਦਾ ਕੁਝ ਦੇ ਨਹੀਂ ਸਕਿਆ, ਜਿੰਨੇ ਕੁ ਚਾਰ ਕੁ ਲੀੜੇ ਸਨ, ਕੁਝ ਕੁ ਚੀਜ਼ਾਂ ਸਨ, ਉਹ ਮੈਂ ਤੁਹਾਨੂੰ ਦੇ ਸਕਿਆ ਹਾਂ, ਅਤੇ ਸਤਿਗੁਰੂ ਜੀ ਕਿਰਪਾ ਕਰਨਾ ਮੇਰੀ ਧੀ ਦੀਆਂ ਗਲਤੀਆਂ ਨੂੰ ਜਿਹੜਾ ਹੈ ਚਤਾਰਨਾ ਨਹੀਂ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਤਾ ਕੀ ਕੀਤਾ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਲਾਲ ਚੰਦ ਦੇ ਹੱਥ ਫੜ ਲਏ, ਅਤੇ ਭਾਈ ਲਾਲ ਚੰਦ ਜੀ ਜਿਹੜੇ ਮਾਤਾ ਗੁਜਰ ਕੌਰ ਜੀ ਦੇ ਪਿਤਾ ਜੀ ਸਨ, ਉਹਨਾਂ ਨੂੰ ਗਲੇ ਨੂੰ ਲਗਾ ਰਿਹਾ, ਕਹਿਣ ਲੱਗੇ ਕਿ ਲਾਲ ਚੰਦ ਜੀ ਰਿਦੇ ਅੰਗ ਸੁਤਾ ਜਿਨ ਦਿਨੀ ਪਾਸ਼ਾ ਵਸਤ ਕਿਸ ਪਿਆ ਰੱਖ ਲੈਂਦੀ। ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਗਹਿਣਾ ਸੀ ਨਾ ਤੁਹਾਡੇ ਕੋਲ ਆਪਣੀ ਪੁੱਤਰੀ ਸੀ, ਅਤੇ ਜਿਹਨੇ ਆਪਣੀ ਪੁੱਤਰੀ ਜਿਹੜੀ ਹੈ ਆਪਣੇ ਘਰ ਦਾ ਕੀਮਤੀ ਗਹਿਣਾ ਸਾਨੂੰ ਦੇ ਦਿੱਤਾ ਹੈ, ਉਹਨੇ ਆਪਣੇ ਕੋਲ ਲੱਗ ਕੇ ਲਿਆ, ਤੁਹਾਡੀ ਪੁੱਤਰੀ ਤੋਂ ਇਲਾਵਾ ਜਿਹੜਾ ਹੈ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਾਨੂੰ ਕੁਝ ਗਹਿਣਾ ਕੱਟਾ ਕੋਈ ਕਿਸੇ ਤਰ੍ਹਾਂ ਦਾ ਦਾਜ ਨਹੀਂ ਚਾਹੀਦਾ। ਅਤੇ ਇੱਥੇ ਸਤਿਗੁਰੂ ਜੀ ਕਹਿੰਦੇ ਦਾਜ ਪਤਾ ਕੀ ਲੈਣਾ ਹੈ ਧੀਆਂ ਦੇ ਵੱਲੋਂ? ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸੋਭਾ ਦੇਵੋ, ਜੇ ਤਸਵਰੇ ਮੇਰਾ ਕਾਜੋ। ਹਰੀ ਦਾ ਨਾਮ ਉਹ ਪਰਮਾਤਮਾ ਦੀ ਸੋਭਾ, ਚੰਗੇ ਗੁਣ ਕਮਲ ਸੋ ਅੱਖਰ, ਕਮਲ ਗੁਣ ਕਮਲ ਸੋ ਮਣੀਆਂ ਮਨ। ਕੋਈ ਬੀਬੀ ਆਈ ਬਾਬਾ ਕਬੀਰ ਜੀ ਦੇ ਕੋਲ ਆ ਕੇ ਕਹਿਣ ਲੱਗੀ ਕਿ ਮੇਰੇ ਕੋਲ ਉਹ ਵੀ ਗੁਣ ਹੋਣ ਜਿਨ੍ਹਾਂ ਦੇ ਨਾਲ ਮੈਂ ਆਪਣੇ ਪਤੀ ਨੂੰ ਆਪਣੇ ਵਸ ਦੇ ਵਿੱਚ ਕਰ ਸਕਾਂ, ਤਾਂ ਬਾਬਾ ਕਬੀਰ ਜੀ ਕਹਿੰਦੇ ਕਮਲ ਸੋ ਅੱਖਰ, ਉਹ ਅੱਖਰ ਕਿਹੜੇ ਜਿਹੜੇ ਮੈਂ ਬੋਲੇ ਹਨ, ਕਮਲ ਗੁਣ ਉਹ ਗੁਣ ਕਿਹੜੇ ਹੋਣੇ ਚਾਹੀਦੇ ਹਨ, ਕਮਲ ਸੋ ਮਣੀਆਂ ਮੰਤ ਕਿਹੜੇ ਮੇਰੇ ਮੰਤਰ ਹੋਣੇ ਚਾਹੀਦੇ ਹਨ, ਉਹਨਾਂ ਮੰਤਰਾਂ ਦੇ ਨਾਲ ਆਪਣੇ ਪਤੀ ਨੂੰ ਆਪਣੇ ਵਸ ਦੇ ਵਿੱਚ ਕਰ ਦੇਵਾਂ। ਇਹ ਸਾਰਿਆਂ ਵਾਸਤੇ ਹੈ। ਕਿ ਸਤਿਗੁਰੂ ਜੀ ਕਹਿੰਦੇ ਨਿਵਣ ਸੋ ਅੱਖਰ, ਨਿਵਣ ਨਿਉਣਾ ਨਿਉ ਜਾਣਾ ਕਿਸੇ ਗੱਲ 'ਤੇ। ਵੇਖੋ ਕੋਈ ਗੱਲ ਪਤੀ ਪਤਨੀ ਚਾਪ ਵਿੱਚ ਹੋ ਜਾਵੇ ਨਾ, ਇੱਕ ਜਣਾ ਨਿਉ ਜਾਵੇ, ਮਸਲਾ ਜਿਹੜਾ ਹੱਲ ਹੋ ਜਾਂਦਾ ਹੈ, ਉੱਥੇ ਕਈ ਲੜਾਈ ਝਗੜੇ ਸਭ ਕੁਝ ਜਿਹੜਾ ਕਰ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਨਿਵਣ ਸੋ ਅੱਖਰ, ਖਮਣ ਗੁਣ, ਖਮਾ ਭਾਵ ਖਿਮਾ ਕਿਸੇ ਨੂੰ ਬਖਸ਼ ਦੇਣਾ, ਨਿਮਣ ਸੋ ਅੱਖਰ ਖਮਣ ਗੁਣ ਜੀਭਾ ਮਨੀਆਂ ਮੰਗ। ਜੀਭਾ ਇਹ ਜੀਭ ਤੋਂ ਚੰਗੇ ਬੋਲ, ਮਿੱਠੇ ਬੋਲ, ਜਦੋਂ ਅਸੀਂ ਕਿਸੇ ਨੂੰ ਬੁਲਾਉਂਦੇ ਹਨ ਜੀ ਕਰਕੇ ਜਿਹੜਾ ਬੁਲਾਈਏ, ਇੱਕ ਦੂਜੇ ਦਾ ਸਤਿਕਾਰ ਕਰੀਏ। ਅਤੇ ਬਾਬਾ ਕਬੀਰ ਜੀ ਕਹਿੰਦੇ ਸਭ ਤੋਂ ਵੱਡੇ ਮੰਤਰ ਇਹ ਜਿਸ ਮਨੁੱਖ ਕੋਲ ਹਨ, ਭਾਵੇਂ ਉਹ ਪਤੀ ਹੈ ਭਾਵੇਂ ਪਤਨੀ ਹਨ, ਉਹ ਦੋਵੇਂ ਇੱਕ ਦੂਸਰੇ ਦੇ ਮਨ ਨੂੰ ਕੇ ਵਸ ਦੇ ਵਿੱਚ ਹੋਣਗੇ, ਇੱਕ ਦੂਜੇ ਦੇ ਕਹੇ ਦੇ ਅਨੁਸਾਰ ਚੱਲਣਗੇ। ਅਤੇ ਜੇ ਕਿਤੇ ਕੋਈ ਗੱਲ ਹੋ ਵੀ ਜਾਵੇ ਤੇ ਉੱਥੇ ਸਭ ਤੋਂ ਵੱਡਾ ਆਸਰਾ ਜਿਹੜਾ ਹੈ ਲੈਣਾ ਹੈ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿੱਥੇ ਅੱਜ ਖਲੋ ਕੇ ਤੁਸੀਂ ਦੋਵੇਂ ਅਰਦਾਸ ਕਰੋਗੇ। ਸੋ ਆਓ ਆਪਾਂ ਆਨੰਦ ਕਾਰਜ ਦੀ ਜਿਹੜੀ ਹੈ ਮੱਥਾ ਕਰਦੇ ਹਾਂ। ਕੀਤਾ ਲੋੜੀਏ ਕੰਮ, ਕੀਤਾ ਲੋੜੀਏ ਕੰਮ, ਸੋ ਹਰ ਪੰਜ ਮੇਰਾ
ਕੀਤਾ ਹੈ ਉਹ ਜਿਹੜੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਖੜੇ ਹੋਣ ਤਾਂ ਕਿ ਆਪਾਂ ਜੋ ਛੋਟੀ ਅਰਦਾਸ ਜਿਹੜੀ ਹੈ ਕਰਾਂਗੇ ਬਾਕੀ ਸਾਰੇ ਬੈਠੇ ਰਹਿਣਗੇ ਜਨਮ ਮਰਹਿ ਮਰ ਜਾਏ
ਨਾਨਕ ਬਖਸ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇ ਬਚਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜੋ ਹੈ ਪੱਲੇ ਦੀ ਰਸਮ ਜੋ ਹੈ ਹੋਵੇਗੀ। ਬੇਟੀ ਅਸ਼ਵਿੰਦਰ ਕੌਰ ਦੇ ਪਿਤਾ ਜੀ ਜੋ ਲੜਕਾ ਪਰਮਿੰਦਰ ਸਿੰਘ ਦਾ ਜੋ ਪੱਲਾ ਹੈ ਉਹ ਬੇਟੀ ਨੂੰ ਪੜ੍ਹਾਉਣ ਦੀ ਕਿਰਪਾਲਤਾ ਕਰਨਗੇ। ਕੁੜਾ ਬੇਟੀ ਬੇਟੀ ਸ਼ਵਿੰਦਰ ਕੌਰ ਅਤੇ ਪਰਮਿੰਦਰ ਸਿੰਘ ਦੋਵਾਂ ਨੇ ਜਿਹੜਾ ਹੈ ਖਲੋ ਜਾਣਾ ਹੈ। ਕਦੇ ਉਹਨਾਂ ਨੂੰ ਮੇਰੀ ਗੱਲ ਸੁਣ ਲੈਣ ਦਿਓ। ਦੋਵਾਂ ਨੇ ਖਲੋ ਜਾਣਾ ਹੈ ਮੱਥਾ ਟੇਕ ਕੇ, ਅਤੇ ਜਦੋਂ ਪਹਿਲੀ ਲਾਂ ਦਾ ਪਾਠ ਹੋ ਜਾਵੇ ਤੁਸੀਂ ਧਿਆਨ ਥੋੜ੍ਹਾ ਜਿਹਾ ਭਾਵੇਂ ਮੇਰੇ ਵੱਲ ਰੱਖਣਾ ਅਤੇ ਮੈਂ ਤੁਹਾਨੂੰ ਇਸ਼ਾਰੇ ਨਾਲ ਕਰ ਦਾਂਗਾ। ਜਦੋਂ ਪਹਿਲੀ ਲਾਂ ਦਾ ਪਾਠ ਹੋ ਗਿਆ ਤੁਸੀਂ ਮੱਥਾ ਟੇਕ ਕੇ ਫਿਰ ਜਿਹੜੀ ਪ੍ਰਕਰਮਾ ਜਿਹੜੀ ਹੈ ਸ਼ੁਰੂ ਕਰ ਦਿੰਦੀ। ਪਰਮਿੰਦਰ ਸਿੰਘ ਅੱਗੇ ਅੱਗੇ ਬੇਟੀ ਸ਼ਵਿੰਦਰ ਕੌਰ ਉਹਨਾਂ ਦੇ ਪਿੱਛੇ, ਬਹੁਤੀ ਤਾਲੀ ਵੀ ਨਹੀਂ ਕਰਨੀ ਅਤੇ ਬਹੁਤਾ ਹੌਲੀ ਨਹੀਂ ਕਰਨਾ। ਫਿਰ ਆਪਣੀ ਥਾਂ ਦੇ ਉੱਤੇ ਆ ਕੇ ਮੱਥਾ ਟੇਕ ਕੇ ਦੂਜੀ ਪਾਠ ਦਾ ਦੂਜੀ ਲਾਮ ਦਾ ਪਾਠ ਸੁਣੋ ਵਾਸਤੇ ਤੁਸੀਂ ਜਿਹੜਾ ਖੜ੍ਹੇ ਹੋ ਜਾਓ। ਮੱਥਾ ਟੇਕ ਕੇ ਦੋਵੇਂ ਜਾਣੇ ਖੜ੍ਹੇ ਹੋ ਜਾਵੋ। ਖੜ੍ਹੇ ਹੋ ਕੇ ਤੁਸੀਂ ਲਾਮਾਂ ਸੁਣੀਆਂ, ਜਦੋਂ ਲਾਮ ਦਾ ਪਾਠ ਹੋ ਜਾਵੇ ਫਿਰ ਉਹ ਇਸ਼ਾਰਾ ਪਾ ਕੇ ਤੁਸੀਂ ਮੱਥਾ ਟੇਕ ਕੇ ਫਿਰ ਨਾਲ ਜਿਹੜਾ ਪ੍ਰਕਰਮ ਕਰ ਲਓ। ਮੱਥਾ ਟੇਕ ਕੇ ਦੋਵੇਂ ਖੜ੍ਹੇ ਹੋ ਜਾਓ। ਹਾਂਜੀ ਮੱਥਾ ਟੇਕੋ। ਹਾਂਜੀ ਪਹਿਲੀ ਲਾਮ ਦਾ ਪਾਠ ਸ਼ੁਰੂ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਚੌਥਾ ਹਰ ਪਹਿਲੀ ਲਾਭ ਪ੍ਰਵਿਰਤੀ ਕਰਮਾ ਦ੍ਰਿੜਾਇਆ ਬਲ ਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਾ ਪਾਪ ਤਜਾਇਆ ਬਲ ਰਾਮ ਜੀਓ। ਧਰਮ ਦ੍ਰਿੜਾ ਹਰ ਨਾਮ ਧਿਆਓ ਸਿਮਰਤ ਨਾਮ ਦ੍ਰਿੜਾਇਆ
ਸਤਿਗੁਰ ਪੂਰਾ ਆਰਾਧਾਂ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਬਲਰਾਮ ਜੀਓ
निर्मल हर पाया हर गुण गाया मुख बोली हर बाणी संत जना वर भागी पाया हर कथिया कथ कहानी हृदय हर 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 धुन उपजी हर जपिया मस्तक भाग जियो जन नानक बोले तीजी लावे हर उपजे मन बैराग जियो हृदय हर 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 धुन उपजी हर जपिया मस्तक भाग जियो जन नानक बोले तीजी लावे हर उपजे मन बैराग जियो ब्याह हुआ मेरे बाता पे
ਦਰਸਦਾ ਰਹਿਣਾ ਹੈ ਸੋ ਸਭ ਸੰਗਤਾਂ ਨੂੰ ਰਿਸ਼ਤੇਦਾਰ ਸਾਧ ਸੰਗਤਾਂ ਨੂੰ ਗਾਈਆਂ ਹੋਣ ਨਾਮ ਸਾਹਿਬ ਦੇ ਪਾਠ ਕਰਾਂਗੇ ਉਪਰੰਤ ਆਪਾਂ ਅਰਦਾਸ ਬੇਨਤੀ ਵਿੱਚ ਜਿਹੜਾ ਹੈ ਜਿਹੜਾ ਵੀ ਰਾਮ ਕਲੀ ਮਹਿਲਾ ਤੀਜਾ ਆਨੰਦ ਓਮਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਰੇ ਸਤਿਗੁਰੂ ਵੱਢ ਕੇ ਛਪਿਆ ਦੀ ਚਲਾਈ ਦੀ ਗੁਆਈ ਦੇ ਕੇ ਅੰਮ੍ਰਿਤ ਕੀਤਾ
ਇਹਨਾਂ ਪਿਆਰਿਆਂ ਸਿਆਰੇ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਤਰਮੇ ਸਿੱਧ ਤੇ ਬੰਦ ਬੰਨ ਕਟਾਏ ਪੁੱਤਰੀਆਂ ਹੋਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਤਰਮੇ ਆਰਿਆ ਸਿੱਖੀ ਕੇਸਾਂ ਸਵਾਸਾ ਸਿੰਘ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤੇ ਆਵੇ ਚ ਤੇ ਆਉ ਕਸਰ ਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਤੇ ਫਤਿਹ ਵਿਰਤ ਕੀਤਾ ਪੰਕਤੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਰ ਦਾਨ ਰਹਿ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੱਕੇ ਜੁਗ ਜੁਗ ਅਕਾਲ ਧਰਮ ਕਾ ਜੇਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਕੀ ਮਰਦਾ ਰੱਖਾ ਵਾਹਿਗੁਰੂ ਆਪਣੇ ਭਾਨ ਦੇ ਸਦਾ ਸਹਾਈ ਸਾਰੇ ਅਕਾਲ ਪੁਰਖੇ ਦੂਜੇ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਸਰਬੱਤ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਪੂਰੇ ਦਰਸ਼ਨ ਦੀ ਕਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਔਰ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਦਤਾਰ ਪਿਤਾ ਜੀ ਸੰਤਾਂ ਕੇ ਕਾਰਜ ਆਪ ਲੋਇਆ ਹਰ ਕੰਮ ਕਰਾਵਣ ਆਇਆ ਰਾਮ ਲਵ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਦੇ ਅਨੁਸਾਰ ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਆਪ ਜੀ ਦੀ ਕਿਰਪਾ ਬਖਸ਼ਿਸ਼ ਦੇ ਦੁਆਰਾ ਦਤਾਰ ਪਿਤਾ ਜੀ ਬੇਟਾ ਪਲਵਿੰਦਰ ਸਿੰਘ ਸਪੁੱਤਰ ਸਰਦਾਰ ਬਹਾਦਰ ਸਿੰਘ ਮਾਤਾ ਮਨਜੀਤ ਕੌਰ ਬੇਟੀ ਅਸ਼ਵਿੰਦਰ ਕੌਰ ਸਪੁੱਤਰੀ ਭਾਈ ਗੁਰਮੀਤ ਸਿੰਘ ਬੀਬੀ ਸੁਖਵੀਰ ਕੌਰ ਦਤਾਰ ਪਿਤਾ ਜੀ ਇਹਨਾਂ ਦੇ ਅਨੰਦ ਕਾਰਜ ਆਪ ਜੀ ਪਾਵਨ ਹਜ਼ੂਰੀ ਦੇ ਵਿੱਚ ਗੁਰ ਮਰਿਆਦਾ ਦੇ ਅਨੁਸਾਰ ਹੋਏ ਹਨ ਜੀ ਆਪ ਜੀ ਨੇ ਬੱਚਿਆਂ ਦੇ ਸਿਰ 'ਤੇ ਮੇਰ ਭਰਿਆ ਹੱਥ ਨਾਲ ਗਰਭ ਕਰੋ ਗੁਰ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ੀਆਂ ਦਤਾਰ ਪਿਤਾ ਜੀ ਦੋਵਾਂ ਪਰਿਵਾਰਾਂ ਦੇ ਸਿਰ 'ਤੇ ਮੇਰ ਭਰਿਆ ਹੱਥ ਨਾਲ ਜੀ ਆਪਸੀ ਪਿਆਰ ਇਤਫਾਕ ਵਧਾਉਣਾ ਇਸ ਵੇਲੇ ਦਾ ਇਸ ਸੰਗਤ ਦੀ ਹਾਜ਼ਰੀ ਦਫ਼ਤੀ ਲਿਖੇ ਦੋਹੀ ਸੇਵ ਫੁੱਲ ਪਿਟਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਗਰਭ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ੀਆਂ ਦਤਾਰ ਪਿਤਾ ਜੀ ਆਪ ਜੀ ਦੇ ਦਰ 'ਤੇ ਪਰਿਵਾਰਾਂ ਦੇ ਵੱਲੋਂ ਸੁੰਦਰ ਪੁਸ਼ਾਕੇ ਗੁਰਮਾਲੇ ਹਾਜ਼ਰ ਕੀਤੇ ਗਏ ਹਨ ਅੰਗੀਕਾਰ ਕਰਨੇ ਸਿਰ 'ਤੇ ਮੇਲ ਭਰਿਆ ਹੱਥਰਨਾ ਚੜ੍ਹਦੀ ਕਲਾ ਬਖਸ਼ੀ ਦਤਾਰ ਪਿਤਾ ਜੀ ਅੱਜ ਬੱਚਿਆਂ ਨੇ ਗ੍ਰਿਸਤ ਮਾਰਗ ਦੇ ਵਿੱਚ ਪ੍ਰਵੇਸ਼ ਕੀਤਾ ਹੈ ਆਪ ਜੀ ਨੇ ਉੱਦਮ ਬਖਸ਼ਣੇ ਬਲ ਬਖਸ਼ਣੇ ਚੜ੍ਹਦੀ ਕਲਾ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਜੀ ਬਖਸ਼ੀਆਂ ਦਾਤਾਂ ਦੇ ਵਿੱਚੋਂ ਆਪ ਜੀ ਦੇ ਹਾਜ਼ਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਾਤੇ ਪ੍ਰਵਾਨ ਕਰਦੇ ਹਨ ਸਾਧ ਸੰਗਤ ਦੇ ਵਿੱਚ ਬੱਤਾਂ ਨੂੰ ਮਰਿਆਦਾ ਬਖਸ਼ਣੀ ਸੇਵਕਾਂ ਦੇ ਪਾਸੋਂ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦੇ ਹਾਂ ਗੁਰਬਾਣੀ ਕੀਰਤਨ ਕਰਦੇ ਹਾਂ ਜਾਪ ਕਰਦਿਆਂ ਹੋਈਆਂ ਭੁੱਲਾਂ ਨੂੰ ਮਾਫ਼ ਕਰਨੀਆਂ ਅਗਾਂਹ ਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਦੇ ਬਲ ਬਖਸ਼ਣੇ ਅੱਖਰ ਵਾਧਾ ਘਾਟਾ ਤੋਂ ਚੁੱਕ ਨੂੰ ਆਪ ਸਰਬੱਤ ਦੇ ਕਾਰਜ ਰਾਸ ਕਰਨ ਸਹੀ ਪਿਆਰੇ ਮੇਲ ਜਿਨ੍ਹਾਂ ਮਰਿਆ ਤੇਰੇ ਨਾਮ ਚ ਪਿਆਰੇ ਨਾਮ ਨਾਮ ਚੜ੍ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਾ ਗਿਆ ਪਈਆ ਕਾਲ ਕੀ ਤਰੇ ਚਲਾਇਓ ਪੰਥ ਅਸੀਂ ਕਰਨ ਕੋ ਹੁਕਮ ਹੈ ਗੁਰੂ ਮਾਰਿਓ ਕੰਧ ਗ੍ਰੰਥ ਜੀ ਮਾਰਿਓ ਪਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਮੋਜ ਹੈ ਉਹ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਪੀ ਰਹੇ ਨਾ ਕੋਈ ਜੋ ਹੋਏ ਸਭ ਮਿਲੇਗੇ ਬਜੇ ਸ਼ਰਨ ਜੋ ਹੋਏ।
ਲੱਖੀ ਪਿਛਮਿਆਂ ਬਾਦਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੁ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੁਖ ਤਲ ਗੁਰ ਸੇਵੀਐ ਇਨ ਸਹਿਜ ਸੁਖਾਈ ਗੁਰ ਕਣ ਪਰਸੈ ਗੁਰੂ ਕੈ ਜਨ ਮਰਨ ਦੁਖ ਨਾਹੀ ਹੋਵੈ ਸਿਫਤ ਸੰਮਤੀ ਤੁਮੇ ਅਕਸੋਂ ਪੁਰਸ਼ੋਂ ਚੱਲੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀਐ ਜਨ ਸੱਚਾ ਪਾਤਸ਼ਾਹ ਸਿਰ ਸ਼ਾਮ ਤੈ ਸਾਰੋ ਜਿਸ ਪਾਸ ਵੇਖਿਆ ਸੋਈਐ ਸਭਨਾ ਦਾ ਵਾਹਿਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਜੀ ਧਨਾਸਰੇ ਮਹਿਲਾ ਤੀਜਾ ਕਾਚਾ ਧਨ ਸੰਚੈ ਮੂਰਖ ਦਾ ਵਾਰ ਮਨ ਮੁਖੇ ਪੂਲੇ ਅੰਧ ਦਾ ਵਾਰ ਕਾਚਾ ਧਨ ਸੰਚੈ ਮੂਰਖ ਦਾ ਵਾਰ ਮਨ ਮੁਖੇ ਪੂਲੇ ਅੰਧੇ ਕਾ ਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੈ ਜਾਏ ਰਹਾਉ ਮਨ ਮੁਖ ਪੂਲੇ ਸਭ ਮਰੇ ਗਵਾਰ ਭਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹਿਨਸ ਦੈਰਾਗ ਚੌਂ ਯੁਗ ਮੇ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸੁਨਾਣੀ ਸਿੱਧ ਸਾਧਿਕ ਧਰਸੇ ਸਭ ਦੋਵੇ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਏ ਸੱਚ ਸਾਚਾ ਸੱਚ ਆਪ ਦੇ ਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਸੱਚ 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 ਆਪ ਦਿਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਸੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੁਆਰਾ ਅਨੰਦ ਕਾਰਜ ਦੀ ਜੋ ਰਸਮ ਹੈ ਅਦਾ ਹੋਈ ਹੈ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਦੋਵਾਂ ਪਰਿਵਾਰਾਂ ਨੂੰ ਬੱਚੇ ਬੱਚੀਆਂ ਨੂੰ ਜਿਹੜਾ ਹੈ ਮੁਬਾਰਕਾਂ ਹੋਣ ਲੱਖ ਲੱਖ ਵਧਾਈਆਂ ਹੋਵੇ ਜੋ ਮੇਨ ਜਿਹੜਾ ਸਿੱਟਾ ਹੈ ਨਾ ਉਹੀ ਚੀਜ਼ ਹੈ ਗੁਰਬਾਣੀ ਨਾਲ ਜੁੜੋ ਨਸ਼ਿਆਂ ਤੋਂ ਬਚਿਆ ਜਾਵੇ ਬੇਟਾ ਪਰਮਿੰਦਰ ਸਿੰਘ ਨੂੰ ਵੀ ਇਹ ਬੇਨਤੀ ਹੈ ਕਿ ਨਸ਼ਾ ਜਿਹੜਾ ਹੈ ਕੇਵਲ ਗੁਰਬਾਣੀ ਦਾ ਗੁਰਬਾਣੀ ਤੋਂ ਬਿਨਾਂ ਜਿਹੜਾ ਹੈ ਪ੍ਰਸ਼ਾਦੇ ਤੋਂ ਬਿਨਾਂ ਕੋਈ ਅਮਲ ਨਾ ਹੋਵੇ ਅਤੇ ਜੋ ਗੁਰੂ ਦਾ ਨਾਮ ਜਿਹੜਾ ਹੈ ਉਸ ਤੋਂ ਉੱਪਰ ਜਿਹੜੀ ਕੋਈ ਬਿਮਾਰੀ ਨਹੀਂ ਹੈ ਕਿਉਂਕਿ ਨਸ਼ਾ ਜਿਹੜਾ ਹੈ ਕਈ ਵਾਰ ਜ਼ਿੰਦਗੀ ਦੇ ਵਿੱਚ ਪਰਿਵਾਰਾਂ ਨੂੰ ਜ਼ਿੰਦਗੀ ਨੂੰ ਖਰਾਬ ਕਰਦਾ ਇਸ ਕਰਕੇ ਵਾਹਿਗੁਰੂ ਦਾ ਉਲਟਾ ਆਸਰਾ ਲੈਣਾ ਹੈ ਆਪਸ ਦੇ ਵਿੱਚ ਪਿਆਰ ਦੇ ਨਾਲ ਰਹਿਣਾ ਹੈ ਸਤਿਕਾਰ ਦੇ ਨਾਲ ਰਹਿਣਾ ਹੈ ਮੈਂ ਪਹਿਲਾਂ ਵੀ ਇਹੋ ਗੱਲ ਕਹੀ ਹੈ ਪ੍ਰਾਤ ਸ਼ਾਹੀ ਦੇ ਨਾਲ ਇਹ ਚਲੋ ਬੱਚੇ ਬੱਚੀਆਂ ਨੂੰ ਦੋਵਾਂ ਦਿੱਤਾ ਜਾਵੇ ਸਵੈਸ਼ਨ ਅਨੁਸਾਰ ਬਾਕੀ ਜਿਹੜਾ ਹੈ ਕਿਉਂਕਿ ਜਦੋਂ ਵੀ ਵੋਟ ਆਸਰਾ ਗੁਰਬਾਣੀ ਦਾ ਲਓ ਗੁਰਬਾਣੀ ਤੋਂ ਬਿਨਾਂ ਕੋਈ ਨਹੀਂ ਇੱਕ ਦੂਸਰੇ ਦਾ ਆਦਰ ਸਤਿਕਾਰ ਕਰੋ ਕਈ ਵਾਰ ਮਾੜੀ ਹੋਣ ਕਿਤੇ ਕੋਈ ਗੱਲ ਹੋਵੇ ਨਾ ਉਹਦੇ ਵਾਸਤੇ ਅਸੀਂ ਜਿਹੜਾ ਹੈ ਵੱਡਿਆਂ ਦੀ ਆਪਣੇ ਮਾਂ ਪਿਓ ਦੀ ਆਪਣੇ ਸੱਸ ਸਹੁਰੇ ਦੀ ਦੋਵਾਂ ਪਾਸਿਆਂ ਤੋਂ ਕਿਉਂਕਿ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਵੱਡਿਆਂ ਦਾ ਜਿਹੜੇ ਬਜ਼ੁਰਗ ਹੁੰਦੇ ਹਨ ਸਾਡੇ ਤੋਂ ਵੱਡੇ ਹਨ ਸਾਡੇ ਤੋਂ ਮਾਂ ਪਿਓ ਹਨ ਉਹਨਾਂ ਨੇ ਜ਼ਿੰਦਗੀ ਨੂੰ ਹੰਢਾਇਆ ਹੁੰਦਾ ਹੈ ਅਤੇ ਜ਼ਿੰਦਗੀ ਨੂੰ ਹੰਢਾਉਣ ਦੇ ਨਾਲ ਠੋਕਰਾਂ ਖਾ ਖਾ ਕੇ ਉਹਨਾਂ ਨੇ ਜ਼ਿੰਦਗੀ ਨੂੰ ਜੀਆ ਹੁੰਦਾ ਹੈ ਇਸ ਕਰਕੇ ਉਹਨਾਂ ਦੇ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ
ਆਲੇ ਦੁਆਲੇ ਕਈ ਵਾਰ ਜਿਹੜਾ ਹੈ ਕੋਈ ਗੱਲਬਾਤ ਹੋਰ ਹੋ ਸਕਦੀ ਹੈ। ਮਾਂ ਪਿਓ ਜਿਹੜੇ ਹਨ, ਗੁਰੂ ਜਿਹੜਾ ਹੈ ਗੁਰੂ ਦੇ ਕੋਲ ਆਉਂਦੇ ਹਨ, ਗੁਰਬਾਣੀ ਜਿਹੜੀ ਹੈ ਉਸ ਤੋਂ ਵੱਡੀ ਜਿਹੜੀ ਹੈ ਸਮਤ ਚੰਗੀ ਮਤ ਜਿਹੜਾ ਹੈ ਸਾਨੂੰ ਕੋਈ ਨਹੀਂ ਦੇ ਸਕਦਾ। ਸੁਖਾ ਪ੍ਰਸ਼ਾਦੀ ਦੇਖ ਜੋ ਹੈ ਆਪ ਜੀ ਪ੍ਰਾਪਤ ਕਰ ਰਹੇ ਹੋ, ਬਾਕੀ ਜੋ ਆਪ ਜੀ ਨੂੰ ਦੱਸਿਆ ਹੈ ਉਹਨਾਂ ਦੇ ਪੇਰੈਂਟਸ ਨੇ ਕਿ ਅਗਲਾ ਜੋ ਪ੍ਰੋਗਰਾਮ ਹੈ ਪੈਲਸ ਦੇ ਵਿੱਚ ਹੈ। Just to gain by the Ibrahim, just to gain Makhale. That's kind of a problem. Take a minute, Maharaja. Take a jada hai, out for jada, othe, Baukila Chardia hai, Vijita, Maharaja, Sunja, and then to see posters in Sanja. Vaikunji ka khalsa, Vaikunji ki fateh, Guru Pyari Sahib Sangat Ji, jada aspect hai, apan jana, kyon rehna hai. ਉਹ ਇਸ ਤਰ੍ਹਾਂ ਵੀ ਹੌਸਪਿਟਲ ਚੱਲਦਾ, ਸੁਲਸਭਾ ਹਾਊਸਪਾਟ ਜਿਹੜਾ ਵੀ ਚੱਲ ਰਿਹਾ ਅਤੇ ਸਿਰਫ ਇੱਕ ਪਾਸੋਂ ਆ ਸਕਦੇ ਜਾ ਨਹੀਂ ਸਕਦੇ ਆਪਾਂ। ਇਸ ਕਰਕੇ ਆਪਾਂ ਜਿਹੜਾ ਹਾਊਸਪਾਟ ਹੈ ਦੁੱਧ ਵੱਲ ਲੈਣਾ, ਦੁੱਧ ਵਾ ਦੁੱਧ ਵੱਲ ਤੋਂ ਰਿਸ਼ਤੋਂ ਜਿਹੜੀ ਮੈਟਰੋ ਉੱਥੋਂ ਲੀਕਸ ਹੋ ਕੇ ਫਿਰ ਉੱਥੋਂ ਨਾ ਵੀ ਲਾਓ, ਨਾ ਵੀ ਪਹਿਲਾਂ ਲਾਵਾਂਗੇ ਤਾਂ ਉਹ ਕਵਰ ਨਹੀਂ ਕਰ ਰਿਹਾ। ਇਸ ਕਰਕੇ ਜਦੋਂ ਆਪਾਂ ਹਾਊਸਪਾਟ ਲੈ ਰਹੇ ਦੁੱਧ ਵੱਲ ਲੱਗਦਾ ਤਾਂ ਨਾ ਵੀ ਉੱਥੋਂ ਸਟਾਰਟ ਕਰਦਾ, ਫਿਰ ਆਪਣੇ ਆਪ ਤਾਂ ਰੁਕ ਜਾਏਗਾ। ਆਪੇ ਜਿਹੜਾ ਚਾਹ ਜਿਹੜੀ ਪਾਉਣੀ ਆ ਉੱਥੇ ਪਲੇਟਾਂ ਵਗੈਰਾ ਪਈਆਂ ਅਤੇ ਥੋੜ੍ਹਾ ਜਿਹਾ ਦੇਖਣਾ ਵੀ ਰਸ਼ ਨਾ ਹੋਵੇ, ਸਰੀਲਾ ਜੀ ਜਾਂ ਬਾਕੀ ਇੱਕ ਦੋ ਜਣੇ ਉੱਥੇ ਖਲੋ ਜਾਣ ਤਾਂ ਕਿ ਉਹ ਸਾਰਾ ਜਿਹੜਾ ਇੰਤਜ਼ਾਮ ਜਿਹੜਾ ਉੱਥੇ ਕੀਤਾ ਜਾਵੇ। ਇੱਕ ਦੋ ਜਣੇ ਭਾਈ ਸਰਵਨ ਸਿੰਘ ਜੀ ਮਾਨ, ਤੁਸੀਂ ਵੀ ਜਾ ਕੇ ਜਿਹੜਾ ਮਾੜਾ ਜਿਹਾ ਉੱਥੇ ਡਿਊਟੀ ਨਿਭਾਓ ਜੀ, ਜ਼ਿਆਦਾ ਰਸ਼ ਨਾ ਪਵੇ। ਚਾਹ ਪਾਣੀ ਛਕਣ ਤੋਂ ਬਾਅਦ ਤੁਸੀਂ ਆਗਿਆ ਲੈ ਕੇ ਜਾਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਵਾਂ Thank you.
Vai, vai, toma, vai, 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 vai